मैं नाल जॉब करदा, जॉब ते जाना हुंदा, मैं साइकिल नूं यूज़ करदा। एक वधिया मैनू एक वधिया एक माध्यम लग्या क्योंकि जिस स्पीड पढ़िया जा सकता इहनूं ईजीली, जे जांदा कोई इहनूं पढ़ सकदा, क्योंकि मोटरसाइकिल तो हो सकता तेजी दे विच कोई प्रॉपर पढ़ सके ना सके। एक मैनूं तां इस करके मैनूं एक वधिया जरिया नज़र आया। बॉस मिलते ने, सज्जन मिलते ने, वो करते ने, एप्रीशिएट करते ने इस गल नूं, ठीक है ना। कुछ लोग कहते भी ने कि यार की कर लेंगा तू, क्यों मैं कोई गल नहीं यार, देखो करना ना करना उस करतार दे हाथ आ, जिन्नी कि उन्हें मत दिती है वो करवा रहा है। पहला सवाल यही होगा, ये जो निक्के जे बोर्ड के उत्ते तुसी ये सत्रां लिखियां ने, ये मनुखी जीवन दे विच बड़ी लोड़वंद हैगियां ने, ते ये उपराला करन दी किवें सोच बनी? तो पानी घट गया, चंगा पानी खत्म हो गया, पानी वह पद्धर दे दिन ब दिन घटता जा रहा है। बहुत इलाके इदा ने जोड़े डार्क जोन च डिकलेयर हो चुके हैं। ईवन WHO ने भी डिकलेयर करता कि इंडिया के अगे आने वाला टाइम बहुत भयंकर हो सकता। चेन्नई के मैं एक न्यूज़पेपर पढ़े तो वो कहते 2000 फुट के थले पानी है, तुम लाओ साहब भी उत्थे शायद ऑलमोस्ट कहते खत्म के कगार से ही है। अपने पंजाब में बहुत इदा के इलाके ने जिथे पीने वाला पानी उन्होंने किलोमीटर तक किलोमीटर तक जाके लिया के आना पैंदा। साडा शहर इन्ना पत्थर फैल गया, आबादी इन्नी वध गई, गड्डियां वध गईयां, होर कई कोई कूड़े नूं अग ला रहा, उहदा पोल्यूशन बहुत वध गया। जिथे असीं खड़े हां लुधियाने शहर दा पोल्यूशन सब तो वध आ पंजाब सूबे दे विच, कह सकदे हां इह पोल्यूशन दा इह च कोई शक नहीं है कि हवा दा पद्धर जो जीउण लई इक मापदंड रखे गए ने ਉਹ ਤੇ ਉਤੋਂ ਤੋਂ ਕਾਫੀ ਅੱਗੇ ਆ, ਉਹ ਵੀ ਉੱਪਰ ਚੱਲ ਰਿਹਾ ਹੈ। ਇਹ ਪੋਲਿਊਸ਼ਨ ਦਾ ਬਹੁਤ ਵੱਡਾ ਰੋਲ ਹੋ ਗਿਆ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਤੇ ਕਹਿ ਲਓ ਸਿਹਤ ਨੂੰ ਬਹੁਤ ਢਾਲ ਆਈ ਹੈ, ਇਹਨੇ ਨਵੀਂ ਬਿਮਾਰੀ ਸਹੇੜ ਹੋਈ ਆ ਜਿਹੜੀ ਸਾਨੂੰ ਲੱਗੀਆਂ ਨੇ, ਜਿਹੜੀਆਂ ਕਦੇ ਸੁਣੀਆਂ ਨਹੀਂ ਸੀਗੀਆਂ। ਪਾਣੀ ਨੇ ਵੀ, ਹਵਾ ਨੇ, ਜਲ ਕੇ ਮੁੱਖ ਲੋੜਾਂ ਨੇ ਸਾਡੀਆਂ ਇਹ, ਜਿਨ੍ਹਾਂ ਬਿਨਾਂ ਸਾਡਾ ਸਰਨਾ ਨਹੀਂ ਹੈ, ਖਾਸ ਕਰਕੇ ਆਮ ਬੰਦੇ ਦਾ। ਪਾਣੀ ਅਤੇ ਹਵਾ ਰੱਬ ਦੀ ਦਾਤ ਹੈ, ਪਾਣੀ ਬਚਾਓ, ਹਵਾ ਨੂੰ ਗੰਦਾ ਨਾ ਕਰੋ, ਰੁੱਖ ਜ਼ਰੂਰ ਲਗਾਓ। ਦੋਸਤੋ ਇਹ ਸਤਰਾਂ ਜਿਹੜੀਆਂ ਇਸ ਨਿੱਕੇ ਜਿਹੇ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਨੇ, ਇਹ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬੜੀਆਂ ਮੁੱਖ ਰੱਖਦੀਆਂ ਨੇ। ਤਿੰਨੇ ਚੀਜ਼ਾਂ ਜ਼ਿੰਦਗੀ ਜੀਣ ਦੇ ਲਈ ਬੜੀਆਂ ਲੋੜਵੰਦ ਨੇ, ਪਾਣੀ, ਹਵਾ ਅਤੇ ਰੁੱਖ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਰਕਾਰਾਂ ਦੇ ਉੱਤੇ ਬਲੇਮ ਲੱਗਦੇ ਨੇ, ਸਰਕਾਰਾਂ ਕਹਿੰਦੀਆਂ ਨੇ ਲੋਕ ਆਪ ਇਸ ਦੇ ਜ਼ਿੰਮੇਵਾਰ ਨੇ, ਪਰ ਇਹਨਾਂ ਚੀਜ਼ਾਂ 'ਚ ਹੀ ਅਸੀਂ ਉਲਝੇ ਪਏ ਹਾਂ। ਅੱਜ ਮੇਰੇ ਨਾਲ ਸਤਨਾਮ ਸਿੰਘ ਜੀ ਮੌਜੂਦ ਹੋਣਗੇ, ਜਿਨ੍ਹਾਂ ਨੇ ਇੱਕ ਚੰਗਾ ਜਿਹਾ ਉਪਰਾਲਾ ਕੀਤਾ ਵਾ। ਲੁਧਿਆਣੇ ਸ਼ਹਿਰ ਦੇ ਵਿੱਚ ਮੈਂ ਮੌਜੂਦ ਹਾਂ, ਲੁਧਿਆਣੇ ਸ਼ਹਿਰ ਦੇ ਮੈਂ ਪੋਲਿਊਸ਼ਨ ਦੀ ਜੇ ਗੱਲ ਕਰਾਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਇੱਥੇ ਪੋਲਿਊਸ਼ਨ ਦੇਖਣ ਨੂੰ ਮਿਲਦਾ ਵਾ। ਸੋ ਉਹਨਾਂ ਨੇ ਇੱਕ ਉਪਰਾਲਾ ਕੀਤਾ ਕਿ ਆਪਣੀ ਇੱਕ ਸਾਈਕਲ ਦੇ ਉੱਤੇ ਇਹ ਨਿੱਕੇ ਨਿੱਕੇ ਬੋਰਡ ਲਾ ਕੇ ਅੱਗੇ ਅਤੇ ਪਿੱਛੇ ਪੂਰੇ ਸ਼ਹਿਰ ਦੇ ਵਿੱਚ ਇਹ ਘੁੰਮਦੇ ਨੇ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਇਹਨਾਂ ਸਤਰਾਂ ਦੇ ਪ੍ਰਤੀ। ਸੋ ਗੱਲਬਾਤ ਕਰਾਂਗੇ, ਪਹਿਲਾਂ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਰੈਮਟੀ। ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਸਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਿਹਤਾਂ ਕਿਵੇਂ ਨੇ ਸਰ, ਚੜ੍ਹਦੀ ਕਲਾ? ਕਿਰਪਾ ਜੀ, ਕਿਰਪਾ ਮਾਲਕ ਦੀ, ਬਹੁਤ ਸ਼ੁਕਰ ਹੈ। ਅੱਛਾ ਸਰ, ਪਹਿਲਾਂ ਸਵਾਲ ਇਹੀ ਹੋਊਗਾ, ਇਹ ਜੋ ਨਿੱਕੇ ਜਿਹੇ ਬੋਰਡ ਦੇ ਉੱਤੇ ਤੁਸੀਂ ਇਹ ਸਤਰਾਂ ਲਿਖੀਆਂ ਨੇ, ਇਹ ਮਨੁੱਖੀ ਜੀਵਨ ਦੇ ਵਿੱਚ ਬੜੀ ਲੋੜਵੰਦ ਹੈਗੀਆਂ ਨੇ, ਅਤੇ ਇਹ ਉਪਰਾਲਾ ਕਰਨ ਦੀ ਕਿਵੇਂ ਸੋਚ ਬਣੀ ਤੁਹਾਡੀ? ਦੇਖੋ, ਸਾਡੇ ਸ਼ੁਰੂ ਤੋਂ ਹੀ ਸਾਡੇ ਗੁਰੂ ਸਾਹਿਬ ਨੇ ਹੀ ਸਾਨੂੰ ਆਗਾਹ ਕੀਤਾ। ਮੈਂ ਤਾਂ ਹੈਰਾਨ ਹਾਂ, ਸਾਡੀ ਬਾਣੀ ਦੇ ਵਿੱਚ ਬਹੁਤ ਪਹਿਲਾਂ ਹੀ ਲਿਖ ਦਿੱਤਾ ਗਿਆ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇੰਨੀ ਮਹੱਤਤਾ ਦਿੱਤੀ ਗਈ ਸੀ। ਖੈਰ ਉਦੋਂ ਸ਼ਾਇਦ ਨਾ ਸਮਝ ਆਉਂਦੀ ਹੋਵੇ, ਕਿਉਂਕਿ ਉਦੋਂ ਐਡਾ ਕੋਈ ਮਸਲਾ ਨਹੀਂ ਸੀਗਾ, ਕਿਉਂਕਿ ਨਾ ਕੋਈ ਇੰਨੀ ਕੋਈ ਇੰਡਸਟਰੀ ਸੀ, ਨਾ ਕੋਈ ਗੱਡੀਆਂ ਕਾਰਾਂ ਸੀਗੀਆਂ, ਕੋਈ ਸਿਰਫ ਚੁੱਲ੍ਹਾ ਸੀ ਲੈ ਦੇ ਕੇ ਇੱਕ, ਅਤੇ ਉੱਥੋਂ ਪੋਲਿਊਸ਼ਨ ਇੰਨਾ ਕੋਈ ਕੀ ਹੋਣਾ ਹੋਇਆ ਸੀ। ਕਿਉਂਕਿ ਹੁਣ ਜੋ ਸਮਾਂ ਜਿਸ ਢੰਗ ਨਾਲ ਬਦਲਿਆ, ਜਿੰਨੇ ਬਦਲਾਅ ਆਏ ਨੇ, ਅਸੀਂ ਕਹਿ ਲਓ ਤਰੱਕੀ ਦੇ ਦੌਰ ਦੇ ਵਿੱਚ ਗਏ ਹਾਂ, ਜਾਂ ਅਸੀਂ ਕਿਉਂਕਿ ਆਪਣੇ ਆਪ ਨੂੰ ਹਾਈਟੈਕ ਹੋ ਗਏ ਹਾਂ, ਤਾਂ ਉਹ ਹਾਈਟੈਕ ਹੋਣ ਦੇ ਨਾਲ ਨਾਲ ਟੈਕਨੋਲੋਜੀ ਆਈ ਆ ਜ਼ਰੂਰ, ਨੋ ਡਾਊਟ, ਤਰੱਕੀਆਂ ਬਹੁਤ ਕੀਤੀਆਂ ਜ਼ਿੰਦਗੀ 'ਚ, ਬਹੁਤ ਤਬਦੀਲੀਆਂ ਆਈਆਂ ਨੇ, ਪਰ ਉਸ ਤਬਦੀਲੀਆਂ ਦੇ ਨਾਲ ਨਾਲ ਸੁਖੀ ਜੀਵਨ ਹੋਇਆ, ਖੁਸ਼ਹਾਲ, ਬਹੁਤ ਖੁਸ਼ਹਾਲੀ ਆਈ ਹੈ, ਪਰ ਉਹਦੇ ਨਾਲ 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 ਕੁਛ ਐਸੀਆਂ ਚੀਜ਼ਾਂ ਵੀ ਸਾਡੇ ਨਾਲ ਜੁੜ ਗਈਆਂ ਜਿਨ੍ਹਾਂ ਦਾ ਸਾਨੂੰ ਬਹੁਤ ਨੁਕਸਾਨ ਹੋ ਰਿਹਾ। ਜਿੱਦਾਂ ਪਾਣੀ ਘਟ ਗਿਆ, ਚੰਗਾ ਪਾਣੀ ਖਤਮ ਹੋ ਗਿਆ, ਪਾਣੀ ਵਹਿ ਪੱਧਰ ਦੇ ਦਿਨ ਬ ਦਿਨ ਘਟਦਾ ਜਾ ਰਿਹਾ ਹੈ। ਬਹੁਤ ਇਲਾਕੇ ਇੱਦਾਂ ਦੇ ਨੇ ਜਿਹੜੇ ਡਾਰਕ ਜ਼ੋਨ 'ਚ ਡਿਕਲੇਅਰ ਹੋ ਚੁੱਕੇ ਨੇ।
ਈਵਨ WHO ਨੇ ਵੀ ਡਿਕਲੇਅਰ ਕਰਤਾ ਕਿ ਇੰਡੀਆ ਦੇ ਵਿੱਚ ਅੱਗੇ ਆਉਣ ਵਾਲਾ ਟਾਈਮ ਬਹੁਤ ਭਿਆਨਕਰ ਹੋ ਸਕਦਾ। ਚੇਨਈ ਦੇ ਵਿੱਚ ਤੁਸੀਂ, ਮੈਂ ਇੱਕ ਨਿਊਜ਼ ਪੇਪਰ ਪੜ੍ਹਦਾ, ਉਹ ਕਹਿੰਦੀ 2000 ਫੁੱਟ ਦੇ ਥੱਲੇ ਪਾਣੀ ਹੈ। ਤੁਸੀਂ ਲਾਓ ਹਿਸਾਬ ਵੀ ਉੱਥੇ ਸ਼ਾਇਦ ਆਲਮੋਸਟ ਕਹਿੰਦੇ ਉਹ ਖਤਮ ਦੇ ਕਗਾਰ 'ਤੇ ਹੀ ਹੈ। ਅਤੇ ਆਪਣੇ ਪੰਜਾਬ ਵਿੱਚ ਬਹੁਤ ਇੱਦਾਂ ਦੇ ਇਲਾਕੇ ਨੇ ਜਿੱਥੇ ਪੀਣ ਵਾਲਾ ਪਾਣੀ ਉਹਨਾਂ ਨੂੰ ਕਿਲੋਮੀਟਰਾਂ ਤੱਕ ਜਾ ਕੇ ਲਿਆ ਕੇ ਆਉਣਾ ਪੈਂਦਾ। ਹਵਾ ਵੈਸੇ ਤੁਹਾਨੂੰ ਪਤਾ ਹੁਣ ਇਸ ਟਾਈਮ ਇੰਡਸਟਰੀ ਕਹਿ ਲਓ ਜਾਂ ਸਾਡਾ ਸ਼ਹਿਰ ਇੰਨਾ ਪੱਥਰ ਫੈਲ ਗਿਆ, ਆਬਾਦੀ ਇੰਨੀ ਵੱਧ ਗਈ, ਗੱਡੀਆਂ ਵੱਧ ਗਈਆਂ, ਹੋਰ ਕਈ ਕੋਈ ਕੂੜੇ ਨੂੰ ਅੱਗ ਲਾ ਰਿਹਾ, ਕੋਈ ਉਹਦਾ ਪੋਲਿਊਸ਼ਨ ਬਹੁਤ ਵੱਧ ਗਿਆ। ਜਿੱਥੇ ਅਸੀਂ ਖੜ੍ਹੇ ਹਾਂ ਲੁਧਿਆਣੇ ਸ਼ਹਿਰ ਦਾ ਪੋਲਿਊਸ਼ਨ ਸਭ ਤੋਂ ਵੱਧ ਆ ਪੰਜਾਬ ਸੂਬੇ ਦੇ ਵਿੱਚ, ਕਹਿ ਸਕਦੇ ਹਾਂ ਇਹ ਪੋਲਿਊਸ਼ਨ ਤਾਂ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਹਵਾ ਦਾ ਪੱਧਰ ਜੋ ਜਿਉਣ ਲਈ ਇੱਕ ਮਾਪਦੰਡ ਰੱਖੇ ਗਏ ਨੇ ਉਹ ਤੋਂ ਕਾਫੀ ਅੱਗੇ ਆ, ਉਹ ਵੀ ਉੱਪਰ ਚੱਲ ਰਿਹਾ ਹੈ। ਇਹ ਕਹਿ ਸਕਦੇ ਹਾਂ ਇਸੇ ਕਰਕੇ ਹੀ ਨਵੀਂ ਬਿਮਾਰੀ ਸਹੇੜ ਹੋਈ ਆ ਜਿਹੜੀ ਸਾਨੂੰ ਲੱਗੀਆਂ ਨੇ, ਜਿਹੜੀਆਂ ਕਦੇ ਸੁਣੀਆਂ ਨਹੀਂ ਸੀਗੀਆਂ। ਠੀਕ ਆ ਨਾ, ਇਹ ਪੋਲਿਊਸ਼ਨ ਦਾ ਬਹੁਤ ਵੱਡਾ ਰੋਲ ਹੋ ਗਿਆ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਅਤੇ ਕਹਿ ਲਓ ਸਿਹਤ ਨੂੰ ਬਹੁਤ ਢਾਹ ਲਾਈ ਆ ਇਹਨੇ। ਪਾਣੀ ਨੇ ਵੀ, ਹਵਾ ਨੇ, ਜਲ ਕੇ ਮੁੱਖ ਲੋੜਾਂ ਨੇ ਸਾਡੀਆਂ ਇਹ, ਜਿਨ੍ਹਾਂ ਬਿਨਾਂ ਸਾਡਾ ਸਰਨਾ ਨਹੀਂ ਹੈ, ਖਾਸ ਕਰਕੇ ਆਮ ਬੰਦੇ ਦਾ। ਚਲੋ ਜਿਹੜੇ ਅਫੋਰਡ ਕਰ ਸਕਦੇ, ਜਿਹੜੇ ਚੰਗੀ ਲੀਡ ਕਲਾਸ ਆ, ਜਿਹੜੇ ਵੱਡੇ ਲੋਕ ਨੇ, ਚਲੋ ਉਹ ਠੀਕ ਹੈ, ਉਹਨਾਂ ਕੋਲ ਪੈਸੇ ਨਾਲ ਉਹ ਪਾਣੀ ਨੂੰ ਵੀ ਕਰ ਸਕਦੇ ਨੇ, ਹਵਾ ਦਾ ਵੀ ਉਹ ਪ੍ਰਬੰਧ ਕਰ ਸਕਦੇ ਨੇ। ਕਿਉਂਕਿ ਹੁਣ ਤਾਂ ਮੈਂ ਦੇਖਿਆ ਇਹ ਕੰਟੇਨਰ ਵੀ ਆ ਰਹੇ ਨੇ, ਜਿਹੜੇ ਕਈ ਕੰਪਨੀਆਂ ਬਣਾ ਰਹੀਆਂ ਨੇ, ਜਿਹੜੀ ਮਤਲਬ ਸਿਲੰਡਰ ਹਵਾ ਦੇ ਮਤਲਬ ਹੋ ਰਹੇ ਨੇ ਦੇ ਬਣ ਰਹੇ ਨੇ, ਠੀਕ ਹੈ ਨਾ। ਅਤੇ ਪਰ ਆਮ ਬੰਦੇ ਦਾ ਕੀ ਬਣੂਗਾ, ਜਿਹੜੇ ਵਿਚਰਨਾ ਤਾਂ ਅਸੀਂ ਸਮਾਜ ਦੇ ਵਿੱਚ ਹੀ ਆ ਨਾ, ਚਲੋ ਚਾਹੇ ਸਾਰੇ ਹੀ ਆ, ਆਪਾਂ ਸਾਰਿਆਂ ਨੇ ਵਿਚਰਨਾ ਤਾਂ ਅੱਜ ਕੰਮ ਕਾਰ ਸਾਰੇ ਇੱਥੇ ਹੀ ਨਿਕਲਣਾ, ਉਸ ਚੀਜ਼ ਦਾ ਬੱਚਿਆਂ 'ਤੇ ਖਾਸ ਕਰਕੇ ਬਹੁਤ ਬੁਰਾ ਅਸਰ ਪੈ ਰਿਹਾ ਇਸ ਚੀਜ਼ ਦਾ। ਰੁੱਖ ਪਰ ਗ੍ਰੀਨਰੀ ਉਹ ਨਹੀਂ ਹੈ ਨਹੀਂ ਜਿੰਨੀ ਹੋਣੀ ਚਾਹੀਦੀ, ਜੋ ਕਹਿ ਰਹੇ ਨੇ ਵੀ ਲਗਭਗ 30-33% ਗ੍ਰੀਨਰੀ ਹੋਣੀ ਚਾਹੀਦੀ ਆ। ਉਹੀ ਗੱਲ ਕਰਨ ਲੱਗਿਆ ਸੀ ਮੈਂ, ਜੇ ਆਪਾਂ ਰੁੱਖ ਦੀ ਗੱਲ ਕਰੀਏ ਤਾਂ ਵੱਡੀ ਵੱਡੀ ਇੰਡਸਟਰੀਆਂ ਆਪਣੇ ਕਾਰੋਬਾਰ ਚਲਾਉਣ ਦੇ ਲਈ ਰੁੱਖਾਂ ਨੂੰ ਲਗਾਤਾਰ ਵੱਢਦੀਆਂ ਜਾਂਦੀਆਂ ਨੇ। ਐਕਚੁਲੀ ਦੇਖੋ, ਮੈਂ ਦੇਖੇ ਨੇ ਕੜੇ ਬਹੁਤ ਕੰਟਰੀ ਨੇ ਜਿੱਥੇ ਇੱਕ ਲਾਅ ਹੈ ਵੀ ਜੇ ਇੱਕ ਵੱਢਣਾ ਤਾਂ ਉਹ ਵੱਢਣਾ ਕੋਈ ਇੰਨਾ ਈਜ਼ੀ ਨਹੀਂ ਹੁੰਦਾ, ਇੰਨਾ ਸੌਖਾ ਨਹੀਂ ਹੁੰਦਾ। ਉੱਥੇ ਇੱਕ ਵੱਢਿਆ ਜਾਂਦਾ, ਜੇ ਇੱਕ ਚੱਕਿਆ ਤਾਂ ਪਹਿਲਾਂ ਤਾਂ ਉਹਨੂੰ ਸ਼ਿਫਟ ਕਰਦੇ ਨੇ, ਜੇ ਸ਼ਿਫਟ ਨਹੀਂ ਕਰਦਾ ਨਹੀਂ ਹੋ ਸਕਦਾ ਕੋਈ ਗੱਲ, ਤਾਂ ਫਿਰ ਵੀ ਉਹਦੇ ਇਵਜ਼ ਦੇ ਵਿੱਚ ਪਹਿਲਾਂ ਰੁੱਖ ਲਾਏ ਜਾਂਦੇ ਨੇ। ਪਰ ਸਾਡੇ ਸੜਕਾਂ ਕਿਉਂਕਿ ਚੌੜੀਆਂ ਕਰਨੀਆਂ ਪਈਆਂ ਸਮੇਂ ਦੇ ਨਾਲ ਨਾਲ, ਕਿਉਂਕਿ ਗੱਡੀਆਂ ਵਧੀਆਂ, ਉਹਦੇ ਕਰਕੇ ਰੁੱਖ ਵੱਢੇ ਗਏ ਨੇ, ਪਰ ਉਸ ਔਸਤ ਦੇ ਵਿੱਚ ਲੱਗੇ ਨਹੀਂ ਜਿੰਨੀ ਪਹਿਲਾਂ ਗ੍ਰੀਨਰੀ ਸੀ। ਹੁਣ ਆਹੀ ਰੋਡ ਲਾ ਲਓ, ਪੱਖਵਾ ਰੋਡ, ਮੈਂ ਬਚਪਨ 'ਚ ਯਾਦ ਕਰਾਂ ਤਾਂ ਇੱਦਾਂ ਛੱਤਰੀ ਬਣਦੀ ਹੁੰਦੀ ਸੀਗੀ ਸੜਕ, ਸਿੰਗਲ ਰੋਡ ਸੀ, ਚਾਹੇ ਜਦੋਂ ਬਹੁਤ ਮਤਲਬ ਬਚਪਨ ਦੀ ਗੱਲ ਕਰਦਾ, ਬਹੁਤ ਛੋਟੇ ਹੁੰਦੇ ਜੀ ਤਾਂ ਸਕੂਲ ਡੇਜ਼ ਦੀ ਗੱਲ, ਤਾਂ ਉਦੋਂ ਦੇਖੋ ਵੀ ਦਰਖਤ ਦੋਨੇ ਪਾਸੇ ਛਾਂ ਕਰਦੇ ਸੀਗੇ, ਹੁਣ ਜਗ੍ਹਾ ਘੱਟ ਗਈ, ਵੱਢਣੇ ਪੈ ਗਏ ਦਰਖਤ, ਪਰ ਹੁਣ ਲੱਗੇ ਕਿੱਥੇ, ਲੱਗਣੇ ਤਾਂ ਹੈ ਨਹੀਂ ਉਹ। ਫਿਰ ਸ਼ਹਿਰ ਫੈਲ ਗਏ, ਸ਼ਹਿਰ ਫੈਲੇ ਉਹਨਾਂ ਦਰਖਤ ਦੀ ਕਟਾਅ ਵੱਧਦਾ ਗਿਆ, ਉਹਦੇ ਹਿਸਾਬ ਨਾਲ ਲੱਗੇ ਨਹੀਂ ਹੈ ਦਰਖਤ। ਗ੍ਰੀਨਰੀ ਬਹੁਤ, ਗ੍ਰੀਨ ਬੈਲਟ ਬਹੁਤ ਘੱਟ ਗਈ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ, ਚਲ ਹੈ ਤਾਂ ਸਾਰੀ ਘਟੀ ਹੈ ਪਰ ਸਾਡੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਖਾਸ ਕਰਕੇ ਗ੍ਰੀਨ ਬੈਲਟ ਬਹੁਤ ਘਟੀ ਆ। ਕਹਿੰਦੇ ਪਾਣੀ ਦੀ ਜਿਹੜੀ ਮਾਤਰਾ ਵਾ ਉਹ ਵੀ ਸਿਰਫ ਕੁਝ ਕੁ ਸਾਲਾਂ ਦੀ ਰਹਿ ਗਈ ਆ ਪੰਜਾਬ ਦੇ ਅੰਦਰ। ਪੀਣ ਵਾਲਾ ਪਾਣੀ ਬਹੁਤ ਹੈ ਹੀ ਆ, ਥਰਡ ਲੇਅਰ 'ਤੇ ਪਹੁੰਚੇ ਹੋਏ ਹਾਂ। ਦੇਖੋ ਗੰਭੀਰ, ਬਹੁਤ ਹੀ ਗੰਭੀਰ ਵਿਸ਼ਾ ਹੈ, ਥਰਡ ਲੇਅਰ 'ਤੇ ਪਹੁੰਚ ਕੇ ਹੁਣ ਅੱਗੇ ਕੀ ਹੋਣਾ, ਉਹ ਵੀ ਅੱਗੋਂ ਦੂਜੀ ਇੱਕ ਇਹ ਹੀ ਨਹੀਂ ਹੈ, ਚਲੋ ਮੰਨ ਲਓ ਕਹਿ ਲੈਂਦੇ ਹਾਂ ਵੀ ਸਾਡੇ ਕੋਲ 8 ਸਾਲ ਦਾ ਜਾਂ 10 ਸਾਲ ਦਾ ਪਾਣੀ ਬਚਿਆ। ਸੈਕਿੰਡਲੀ ਮਸਲਾ ਇਹ ਆ ਵੀ ਅੱਗੋਂ ਕੁਆਲਿਟੀ ਕੀ ਹੈ, ਕੁਆਲਿਟੀ ਡੇ ਬਾਈ ਡੇ ਘੱਟਦੀ ਜਾ ਰਹੀ ਹੈ, ਉਹ ਕੀ ਹੋਣਾ ਕੀ ਨਹੀਂ ਹੋਣਾ। ਹੁਣ ਕੁਛ ਇਲਾਕੇ ਤਾਂ ਆਪਾਂ ਦੇਖ ਹੀ ਰਹੇ ਹਾਂ, ਆਪਣੀ ਅੱਖਾਂ ਨਾਲ ਦੇਖ ਹੀ ਰਹੇ ਹਾਂ ਨਾ, ਜਿੱਥੇ ਮਤਲਬ ਪਾਣੀ ਹੈ ਹੀ ਨਹੀਂ, ਵਿਚਾਰੇ ਉਹ ਜਾਂਦੇ ਹੀ ਨੇ ਨਹਿਰਾਂ ਕੋਲ ਜਾ ਕੇ ਭਰ ਕੇ ਲੈ ਕੇ ਆਉਂਦੇ ਨੇ ਉਹ, ਕਿ ਅੱਗੋਂ ਕੀ ਭਵਿੱਖ ਆ ਮੈਨੂੰ ਨਹੀਂ ਪਤਾ। ਕਿਉਂਕਿ ਸਾਡਾ, ਅਸੀਂ ਕਰਜ਼ਾ ਸਾਡੇ 'ਤੇ ਇੰਨਾ ਕੁ ਚਾਰਾ ਚੜਿਆ ਹੋਇਆ, ਅਸੀਂ ਹਲੇ ਹੋਰ ਬਹੁਤ ਕੁਛ ਹੋਣ ਵਾਲਾ ਪਿਆ, ਉਹ ਹਲੇ ਤੱਕ ਸਾਡਾ ਨਹੀਂ ਹੋਇਆ, ਜਦਕਿ ਇਹ ਇੱਕ ਨਵੀਂ ਸਹੇੜ ਪੈਦਾ ਹੋ ਜਾਣੀ ਹੈ ਇਹ, ਜੇ ਅਸੀਂ ਨਹੀਂ ਗੰਭੀਰ ਹੁੰਦੇ। ਕਿਉਂਕਿ ਐਡਾ ਵੱਡਾ ਇਨਫਰਾਸਟ੍ਰਕਚਰ ਖੜ੍ਹਾ ਕਰਨ ਵਾਸਤੇ ਬਹੁਤ ਜ਼ਿਆਦਾ 1000 ਕਰੋੜ 'ਚ ਪੈਸੇ ਦੀ ਲੋੜ ਪੈਣੀ ਆ, ਕਿਉਂਕਿ ਲੁਧਿਆਣਾ, ਜਲੰਧਰ, ਜੇ ਇਹ ਛੇ ਸ਼ਹਿਰ ਛੋਟੇ ਮੋਟੇ ਸ਼ਹਿਰ ਨਹੀਂ, ਛੇ ਬਹੁਤ ਵੱਡੇ ਸ਼ਹਿਰ ਨੇ। ਇੰਨੀ ਆਬਾਦੀ ਨੂੰ ਪਾਣੀ ਉਪਲਬਧ ਕਰਾਉਣਾ, ਦੇਣਾ ਤੁਸੀਂ, ਇਹ ਕੋਈ ਸੌਖਾ ਕੰਮ ਨਹੀਂ ਹੋਊਗਾ, ਬਹੁਤ ਵੱਡਾ ਪ੍ਰੋਜੈਕਟ ਲੱਗਣਗੇ, ਅਤੇ ਇਸ ਵਿੱਚ ਲੋੜ ਹੈ ਜੇ ਅਸੀਂ ਸਮੇਂ ਸਿਰ ਸੰਭਲ ਜਾਈਏ। ਜੇ ਨਾ ਸਮੇਂ ਸਿਰ ਸੰਭਾਲਿਆ ਤਾਂ ਬਹੁਤ ਔਖਾ ਹੋ ਜਾਣਾ ਆ ਕੇ ਜਾ ਕੇ। ਅੱਜ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ? ਸਰਕਾਰਾਂ ਅਤੇ ਲੋਕ ਬਲੇਮ ਲਾਉਂਦੇ ਨੇ ਵੀ ਇਹ ਸਰਕਾਰਾਂ ਇਸ ਦੀਆਂ ਜ਼ਿੰਮੇਵਾਰ ਨਹੀਂ, ਸਰਕਾਰਾਂ ਕਹਿੰਦੇ ਨੇ ਲੋਕ ਆਪ ਇਹਦੇ ਜ਼ਿੰਮੇਵਾਰ ਨੇ। ਤੁਸੀਂ ਇੱਕ ਉਪਰਾਲਾ ਕਰਕੇ ਤੁਰ ਰਹੇ ਹੋ ਅੱਜ, ਅਤੇ ਪਹਿਲਾਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ, ਕਿ ਸਾਡੀਆਂ ਗਲਤੀਆਂ ਨੇ ਜਾਂ ਸਰਕਾਰਾਂ ਦੀ ਗੱਲ? ਦੇਖੋ ਲਾਅ ਤਾਂ ਬਣਨਾ ਚਾਹੀਦਾ ਨਾ, ਉਹਨੂੰ ਲਾਅ ਨੂੰ ਲਾਗੂ ਕਰਨਾ ਤਾਂ ਗੌਰਮੈਂਟ ਦਾ ਕੰਮ ਹੈ ਨਾ, ਠੀਕ ਹੈ ਨਾ।
ਉਹਦੇ ਵਿੱਚ ਸਾਰਿਆਂ ਨੂੰ ਇੱਕ ਸਮਝਾਉਣ, ਇੱਕ ਅਵੇਅਰਨੈਸ, ਜਿਹੜੀਆਂ ਅਵੇਅਰਨੈਸ ਫੈਲਾਉਣੀ ਚਾਹੀਦੀ ਆ, ਹੋਣੀ ਚਾਹੀਦੀ ਆ, ਉਹਦੇ ਵਾਸਤੇ ਉਪਰਾਲੇ ਹੋਣੇ ਚਾਹੀਦੇ ਨੇ, ਜਿਹੜੇ ਕਿ ਜਿਸ ਲੈਵਲ 'ਤੇ ਸੋਚਿਆ ਜਾਂਦਾ ਉਹ ਹੈ ਨਹੀਂ। ਸਿੰਸੈਰਿਟੀ ਹੋਣੀ ਚਾਹੀਦੀ ਆ, ਪਰ ਜੋ ਨਜ਼ਰ ਹਾਲੇ ਆ ਨਹੀਂ ਰਹੀ, ਜੋ ਹੌਲੀ ਹੌਲੀ ਕਹਿੰਦੇ ਨੇ ਗੌਰਮੈਂਟ ਹੁਣ ਕਰ ਰਹੀ ਹੈ, ਉਪਰਾਲੇ ਕਰ ਰਹੀ ਹੈ, ਪਰ ਅਸਲੀ ਜ਼ਮੀਨੀ ਪੱਧਰ 'ਤੇ ਤਾਂ ਹੀ ਹੋਊਗਾ ਨਾ ਜੇ ਸਾਨੂੰ ਐਕਚੁਅਲ ਦੇ ਵਿੱਚ ਕੁਛ ਨਜ਼ਰ ਆਊਗਾ, ਠੀਕ ਹੈ ਨਾ। ਕਿਉਂਕਿ ਸਿੰਸੈਰਿਟੀ ਪੱਖੋਂ ਹਾਂ ਪੈਸਾ ਆ ਰਿਹਾ, ਉਹ ਪੈਸਾ ਕਿੰਨਾ ਲੱਗਦਾ, ਕੀ ਕਿਸ ਕੰਮ ਵਾਸਤੇ ਅਸੀਂ ਰੁੱਖ ਲਾ ਰਹੇ ਹਾਂ ਜਾਂ ਅਸੀਂ ਪਾਣੀ ਵਾਸਤੇ ਕਰ ਰਹੇ ਹਾਂ, ਉਹ ਥੱਲੇ ਗਰਾਊਂਡ ਲੈਵਲ 'ਤੇ ਜਾ ਕੇ ਉਹ ਕਿੰਨਾ ਕੁ ਐਪਲੀਕੇਬਲ ਹੁੰਦਾ, ਇੱਕ ਰੁਪਈਆ ਉੱਤੋਂ ਚੱਲਦਾ ਚੱਲਦਾ ਕਿੰਨਾ ਲੱਗਿਆ, ਇਹ ਇੱਕ ਬਹੁਤ ਵੱਡਾ ਸਵਾਲ ਹੈ, ਠੀਕ ਹੈ ਨਾ। ਕਿਉਂਕਿ ਤੁਸੀਂ ਦੇਖਿਆ ਜਾ ਕਿ ਕਰਪਸ਼ਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ, ਉਹਦੇ ਕਰਕੇ ਸਾਡਾ ਇਹ ਸਾਨੂੰ ਇਹ ਇੱਕ ਬਹੁਤ ਵੱਡਾ ਅੜਿੱਕਾ ਹੈ ਕਿ ਜੇ ਅਸੀਂ ਇਹਨੂੰ ਗੰਭੀਰਤਾ ਨਾਲ ਸਾਰਿਆਂ ਨੂੰ ਮਿਲ ਕੇ ਗੰਭੀਰ ਹੋਣਾ ਪੈਣਾ, ਜੇ ਨਹੀਂ ਹੁੰਦੇ ਤਾਂ ਬਹੁਤ ਭਿਆਨਕ ਸਿੱਟੇ ਨਿਕਲਣਗੇ ਕਿ ਸਾਡੇ ਕੋਲ ਇੰਨਾ ਪੈਸਾ ਨਹੀਂ ਹੈ, ਇੰਨਾ ਸਰਮਾਇਆ ਨਹੀਂ ਹੈ, ਕਰਜ਼ੇ ਦੀ ਵੀ ਇੱਕ ਲਿਮਿਟ ਹੁੰਦੀ ਹੈ, ਕਿੱਥੇ ਤੱਕ ਕਰਜ਼ਾ ਚੱਕਾਂਗੇ। ਲਗਭਗ 3 ਲੱਖ ਕਰੋੜ ਦੇ ਕਰਜ਼ਾ ਅਸੀਂ ਪਹਿਲਾਂ ਹੀ ਹੈਗੇ ਹਾਂ, ਅੱਗੋਂ ਹਾਲੇ ਸਾਡੀਆਂ ਹਾਲੇ ਬੇਰੁਜ਼ਗਾਰੀ, ਹੋਰ ਮਸਲੇ ਇੰਨੇ ਖੜ੍ਹੇ ਨੇ, ਇਸ ਪਾਣੀ ਨੇ ਅੱਗੇ ਜਾ ਕੇ ਬਹੁਤ ਵੱਡਾ ਮਸਲਾ ਬਣਨਾ। ਸ਼ਾਇਦ ਹੋ ਸਕੇ ਆਉਣ ਵਾਲੇ ਟਾਈਮ 'ਚ ਤੇਲ ਨੂੰ ਓਨਾ ਇੰਪੋਰਟੈਂਸ ਨਾ ਦਿੱਤੀ ਜਾਣੀ, ਪਾਣੀ ਨੂੰ ਇੰਪੋਰਟੈਂਸ, ਪਾਣੀ ਨੂੰ ਇੰਪੋਰਟੈਂਸ ਦਿੱਤੀ ਜਾਣੀ ਆ, ਕਿਉਂਕਿ ਤੇਲ ਇੱਕ ਸੈਕੰਡਰੀ ਇਸ਼ੂ ਬਣ ਜੂਗਾ, ਪ੍ਰਾਇਮਰੀ ਇਸ਼ੂ ਪਾਣੀ ਨੇ ਖੜ੍ਹਾ ਹੋਣਾ ਅੱਗੇ ਆ ਕੇ। ਬਹੁਤ ਵੱਡਾ ਸੰਕਟ ਆਊਗਾ ਇਹ ਸ਼ਾਇਦ, ਪਤਾ ਨਹੀਂ ਅਸੀਂ ਸਮਝ ਨਹੀਂ ਰਹੇ, ਪਤਾ ਨਹੀਂ ਉਹਨੂੰ ਇਹ ਕਿੱਦਾਂ ਟੈਕਲ ਕੀਤਾ ਜਾਓ ਕਿੱਦਾਂ ਨਹੀਂ, ਪਰ ਇਹ ਇਸ ਨੂੰ ਸਮਝਣਾ ਹੁਣੇ ਸਮਝਣਾ ਸਮਝ ਆਵਾਂਗੇ ਤਾਂ ਬਹੁਤ ਚੰਗਾ ਰਹੂਗਾ, ਨਹੀਂ ਅੱਗੇ ਜਾ ਕੇ ਬਹੁਤ ਮੁਸ਼ਕਲ ਹੋ ਜਾਊਗੀ। ਤੁਸੀਂ ਇਹ ਉਪਰਾਲਾ ਕਰਨ ਲਈ ਸਾਈਕਲ ਹੀ ਕਿਉਂ ਚੁਣਿਆ, ਕੋਈ ਹੋਰ ਵਹੀਕਲ ਵੀ ਚੁਣ ਸਕਦੇ ਸੀਗੇ ਜਾਂ ਸਾਈਕਲ ਤੁਹਾਨੂੰ ਬੈਟਰ ਲੱਗਿਆ? ਸਾਈਕਲ ਇੱਦਾਂ ਦੇਖੋ, ਇਹਦਾ ਕੋਈ ਪੋਲਿਊਸ਼ਨ ਨਹੀਂ, ਮੈਂ ਦੇਖੋ ਕਹਿੰਦੇ ਨੇ ਤੂੰ ਕੀ ਕਹਿੰਦੇ ਨੇ, ਦੇਖੋ ਜੰਗਲ 'ਚ ਅੱਗ ਲੱਗੀ ਤਾਂ ਚਿੜੀ ਕਹਿੰਦਾ ਚੁੰਝ ਨਾਲ ਪਾਣੀ ਭਰ ਕੇ ਲੈ ਕੇ ਜਾਂ ਕਹਿੰਦੀ ਪਾਉਣ ਲੱਗ ਗਈ, ਉਹ ਕਹਿੰਦੇ ਤੂੰ ਕੀ ਕਰ ਲਈ ਤੂੰ ਅੱਗ ਬੁਝਾ, ਉਹ ਕਹਿੰਦੀ ਮੈਂ ਅੱਗ ਤਾਂ ਨਹੀਂ ਬੁਝਾ ਸਕਦੀ ਪਰ ਮੈਂ ਅੱਗ ਬੁਝਾਉਣਿਆਂ ਦੀ ਲਾਈਨ ਦੇ ਵਿੱਚ ਤਾਂ ਹੋਊਗੀ ਨਾ, ਕਤਾਰ ਦੇ ਵਿੱਚ ਤਾਂ ਹੋਊਗੀ ਨਾ ਤਾਂ ਹੋਊਗਾ, ਠੀਕ ਹੈ। ਮੇਰੇ ਵੱਲੋਂ ਇੱਕ ਇਹ ਉਪਰਾਲਾ ਹੋਊ ਕਿ ਹਾਂ ਮੈਂ ਪੋਲਿਊਸ਼ਨ, ਮੈਂ ਇਹਦੇ ਨਾਲ ਕੋਈ ਪੋਲਿਊਸ਼ਨ ਨਹੀਂ ਹੁੰਦਾ ਹੈਗਾ, ਮੈਂ ਆਪਣੇ ਮੈਂ ਸਿਹਤ ਪੱਖੋਂ ਮੈਨੂੰ ਇੱਕ ਵਧੀਆ ਲੱਗਦਾ ਕਿ ਮੈਂ ਠੀਕ ਹਾਂ, ਜੋ ਮੈਨੂੰ ਚਾਹੀਦੀ ਐਕਸਰਸਾਈਜ਼ ਮੇਰੀ ਉਹ ਹੁੰਦੀ ਹੈ, ਮੈਂ ਕੰਮ ਵੀ ਕਰ ਰਿਹਾ ਆਪਣੇ, ਆਲਤੂ ਫਾਲਤੂ ਮੈਂ ਨਹੀਂ, ਐਵੇਂ ਕਹਾਂ ਤੁਹਾਨੂੰ ਮੈਂ ਆਲਤੂ ਫਾਲਤੂ ਬਿਲਕੁਲ ਨਹੀਂ ਘੁੰਮਦਾ, ਮੈਂ ਕੰਮ ਹੀ ਕਰਦਾ, ਮੈਂ ਨਾਲ ਜੋਬ ਕਰਦਾ, ਜੋਬ 'ਤੇ ਜਾਂਦਾ ਉਹਨਾਂ, ਮੈਂ ਸਾਈਕਲ ਨੂੰ ਯੂਜ਼ ਕਰਦਾ, ਇੱਕ ਵਧੀਆ ਮੈਨੂੰ ਇੱਕ ਵਧੀਆ ਇੱਕ ਮਾਧਿਅਮ ਲੱਗਿਆ, ਕਿਉਂਕਿ ਜਿਸ ਨਾਲ ਸਪੀਡ ਇਹ ਪੜ੍ਹਿਆ ਜਾ ਸਕਦਾ ਇਹਨੂੰ ਈਜ਼ੀਲੀ, ਜੇ ਜਸ ਜਾਂਦਾ ਕੋਈ ਇਹਨੂੰ ਪੜ੍ਹ ਸਕਦਾ, ਕਿਉਂਕਿ ਮੋਟਰਸਾਈਕਲ 'ਤੇ ਹੋ ਸਕਦਾ ਤੇਜ਼ੀ ਦੇ ਵਿੱਚ ਕੋਈ ਪ੍ਰੋਪਰ ਪੜ੍ਹ ਸਕੇ ਨਾ ਸਕੇ, ਇਹ ਇੱਕ ਮੈਨੂੰ ਤਾਂ ਇਸ ਕਰਕੇ ਮੈਨੂੰ ਇੱਕ ਵਧੀਆ ਜ਼ਰੀਆ ਨਜ਼ਰ ਆਇਆ। ਅੱਛਾ, ਲੋਕ ਤੁਹਾਨੂੰ ਪੁੱਛਦੇ ਨੇ ਜੋ ਤੁਸੀਂ ਲੰਘਦੇ ਹੋ ਕਿਤੋਂ ਵੀ, ਚਾਹੇ ਜੋਬ 'ਤੇ ਜਾਂਦੇ ਹੋ, ਚਾਹੇ ਘਰੇ ਜਾਂਦੇ ਹੋ, ਚਾਹੇ ਇੱਧਰ ਉੱਧਰ ਮਾਰਕੀਟ ਜਾਂਦੇ ਹੋ, ਅਤੇ ਪੁੱਛਦੇ ਨੇ ਰੋਕ ਕੇ ਵੀ ਆ ਤੁਸੀਂ ਇੱਕ ਉਪਰਾਲਾ ਕੀਤਾ ਵਾ, ਚੰਗਾ ਲੱਗਿਆ ਜਾਂ ਕੋਈ ਹੋਰ ਗੱਲ ਕਹਿੰਦੇ ਹੋ? ਨਹੀਂ, ਹੈਗੇ ਨੇ ਜਿਹੜੇ ਐਪਰੀਸ਼ੀਏਟ ਕਰਦੇ ਨੇ, ਜਿਹੜੇ ਹੌਸਲਾ ਵਧਾਉਂਦੇ ਨੇ, ਹੈਗੇ ਨੇ, ਬਹੁਤ ਮਿਲਦੇ ਨੇ, ਸੱਜਣ ਮਿਲਦੇ ਨੇ, ਉਹ ਕਰਦੇ ਨੇ, ਐਪਰੀਸ਼ੀਏਟ ਕਰਦੇ ਨੇ ਇਸ ਗੱਲ ਨੂੰ, ਠੀਕ ਹੈ ਨਾ। ਕੁਛ ਲੋਕ ਕਹਿੰਦੇ ਵੀ ਨੇ ਕਿ ਯਾਰ ਕੀ ਕਰ ਲੇਗਾ ਤੂੰ, ਕਿਉਂ ਮੈਂ ਕੋਈ ਗੱਲ ਨਹੀਂ ਯਾਰ, ਦੇਖੋ ਕਰਨਾ ਨਾ ਕਰਨਾ ਉਸ ਕਰਤਾਰ ਦੇ ਹੱਥ ਆ, ਜਿੰਨੀ ਕੁ ਉਹਨੇ ਮੱਤ ਦਿੱਤੀ ਹੈ ਉਹ ਕਰਵਾ ਰਿਹਾ, ਉੱਨੀ ਕੁ ਜਿੰਨੀ ਵਰਤੀ ਜਾਂਦੇ ਹਾਂ, ਬਾਕੀ ਤਾਂ ਉਹਦੇ ਹੱਥ 'ਚ ਆ ਨਾ, ਕੀ ਹੋਣਾ ਕੀ ਨਹੀਂ ਹੋਣਾ, ਜੋ ਸਾਡਾ ਕਰਮ ਹੈ ਉਹ ਤਾਂ ਕਰਨਾ ਚਾਹੀਦਾ ਨਾ। ਇੱਕ ਅਖੀਰ ਮੈਸੇਜ ਕੀ ਦੇਣਾ ਚਾਹੋਗੇ ਆਵਾਮ ਨੂੰ ਆਪਣੀ, ਖਾਸ ਤੌਰ 'ਤੇ ਪੰਜਾਬ ਦੀ? ਮੈਂ ਤਾਂ ਸਾਰੇ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਇੱਕ ਗੱਲ ਕਹੂੰਗਾ, ਕੋਸ਼ਿਸ਼ ਕਰੋ ਪਾਣੀ ਨੂੰ ਆਪਾਂ ਉਸ ਜਿੰਨਾ ਲੋੜ ਆ ਅਨੁਸਾਰ ਹੀ ਵਰਤਿਆ ਜਾਵੇ, ਉਹਨੂੰ ਬਰਬਾਦ ਨਾ ਕੀਤਾ ਜਾਵੇ। ਦੂਜਾ ਪਾਣੀ ਨੂੰ ਹਵਾ ਨੂੰ ਕੋਸ਼ਿਸ਼ ਕਰੋ, ਹਵਾ ਨੂੰ ਕਾਫੀ ਸਾਫ਼ ਸੁਥਰੀ ਰਹਿ ਸਕੇ, ਬਚਾ ਸਕੀਏ ਕਿਸੇ ਢੰਗ ਨਾਲ, ਠੀਕ ਹੈ ਨਾ। ਕਿਉਂਕਿ ਜੇ ਸਾਨੂੰ ਮਹਾਰਾਜ ਨੇ ਐਡਾ ਵੱਡਾ ਦਰਜਾ ਦਿੱਤਾ ਹਵਾ ਨੂੰ, ਠੀਕ ਹੈ ਨਾ, ਪਵਨ ਨੂੰ ਗੁਰੂ ਦੇ ਸਮਾਨ ਕਿਹਾ, ਤਾਂ ਸਾਡਾ ਫਰਜ਼ ਬਣਦਾ ਸਤਿਕਾਰ ਕਰਨਾ ਕਿ ਜੇ ਸਾਨੂੰ ਮਿਲੀ ਆ, ਕਿਉਂਕਿ ਹਾਲੇ ਤਾਂ ਜੋ ਫਰੀ 'ਚ ਮਿਲਦਾ ਉਹਦੀ ਕਦਰ ਨਹੀਂ ਹੁੰਦੀ, ਜਦੋਂ ਅਸਲ 'ਚ ਉਦੋਂ ਹੀ ਹੁੰਦੀ ਆ ਕਦਰ, ਜਦੋਂ ਉਹਦੇ 'ਤੇ ਪੈਸਾ ਲੱਗਣਾ ਸ਼ੁਰੂ ਹੁੰਦਾ। ਸਾਰਿਆਂ ਨੂੰ ਮੇਰੀ ਤਾਂ ਬੇਨਤੀ ਹੈ, ਹੱਥ ਬੰਨ ਕੇ ਬੇਨਤੀ ਹੈ ਕਿ ਇਹਨਾਂ ਬਾਰੇ ਸੋਚੋ, ਵਿਚਾਰੋ, ਅਤੇ ਹੋ ਸਕੇ ਤਾਂ ਇਹਨਾਂ ਗੱਲਾਂ 'ਤੇ ਵਿਚਾਰ ਕੇ ਅੱਗੇ ਇਹਨੂੰ ਐਪਲੀਕੇਬਲ ਕਰੋ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ। ਇਹ ਸਨ ਮੇਰੇ ਨਾਲ ਸਤਨਾਮ ਸਿੰਘ ਜੀ, ਜਿਹਨਾਂ ਨੇ ਇੱਕ ਚੰਗਾ ਉਪਰਾਲਾ ਕੀਤਾ ਲੁਧਿਆਣੇ ਸ਼ਹਿਰ ਦੇ ਵਿੱਚ। ਜਿੱਥੇ ਵੀ ਜਾਣਾ ਹੁੰਦਾ, ਚਾਹੇ ਜੋਬ 'ਤੇ ਨੇ, ਚਾਹੇ ਘਰ ਦੇ ਵਿੱਚ ਜਾਣਾ ਹੁੰਦਾ, ਚਾਹੇ ਮਾਰਕੀਟ ਦੇ ਵਿੱਚ ਗੇੜੇ ਕੱਢਣੇ ਹੁੰਦੇ ਨੇ, ਇਹ ਆਪਣਾ ਸਾਈਕਲ ਯੂਜ਼ ਕਰਦੇ ਨੇ। ਸ਼ੁਰੂਆਤ ਇਹਨਾਂ ਨੇ ਹੀ ਕਰਤੀ ਆ ਪੋਲਿਊਸ਼ਨ ਨੂੰ ਘਟਾਉਣ ਦੀ, ਬਈ ਮੈਂ ਮੋਟਰਸਾਈਕਲ ਜਾਂ ਸਕੂਟਰ ਜਾਂ ਐਕਟਿਵਾ ਵਗੈਰਾ ਨਾ ਲੈਂਦਾ ਹੋਇਆ
ਇਹ ਸਾਈਕਲ ਦੇ ਉੱਤੇ ਇੱਕ ਆਪਣਾ ਉਪਰਾਲਾ ਕਰਦਾ ਤਾਂ ਜੋ ਲੋਕ ਇਸ ਨੂੰ ਦੇਖ ਕੇ ਅਵੇਅਰ ਹੋਣ, ਤਾਂ ਜੋ ਇਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈਗਾ, ਇਹ ਸੌਖਾ ਪੜਿਆ ਜਾਂਦਾ ਜਦੋਂ ਅਸੀਂ ਹੌਲੀ ਹੌਲੀ ਜਾਂਦੇ ਹਾਂ, ਜਦੋਂ ਅਸੀਂ ਬਾਈਕ ਜਾਂ ਸਕੂਟਰ ਵਗੈਰਾ 'ਤੇ ਲੰਘ ਜਾਂਦੇ, ਛੇਤੀ ਛੇਤੀ ਉਹ ਦਿਖਦਾ ਨਹੀਂ ਹੈ ਲੋਕਾਂ ਨੂੰ, ਇਹ ਲੋਕ ਪੜ੍ਹ ਵੀ ਲੈਂਦੇ ਨੇ ਔਰ ਲੋਕ ਰੁਕ ਕੇ ਪੁੱਛਦੇ ਵੀ ਨੇ। ਸੋ ਸਾਡੀ ਵੀ ਇਹੀ ਬੇਨਤੀ ਆ ਵੀ ਇਹਨਾਂ ਤਿੰਨਾਂ ਚੀਜ਼ਾਂ ਦਾ ਸਾਨੂੰ ਆਪ ਨੂੰ ਧਿਆਨ ਰੱਖਣ ਦੀ ਬੜੀ ਲੋੜ ਹੈ। ਆਉਣ ਵਾਲੀਆਂ ਨਸਲਾਂ ਸਾਡੀਆਂ ਇਹਨਾਂ ਚੀਜ਼ਾਂ 'ਤੇ ਡਿਪੈਂਡ ਕਰਦੀਆਂ ਨੇ, ਇਹ ਨਾ ਹੋਵੇ ਕਿ ਆਉਣ ਵਾਲੀਆਂ ਨਸਲਾਂ ਨੂੰ, ਹਾਲੇ ਅਸੀਂ ਇਹ ਸਭ ਕੁਝ ਦੇਖ ਵੀ ਰਹੇ ਹਾਂ ਅਤੇ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਇਹ ਕੁਝ ਵੀ ਨਾ ਦਿਖੇ, ਉਜਾੜ ਹੀ ਉਜਾੜ ਸਿਰਫ ਆਉਣ ਵਾਲੀ ਨਸਲਾਂ ਨੂੰ ਦਿਖੇ। ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਉਦੋਂ ਤੱਕ ਹੱਸਦੇ ਰਹੋ, ਵੱਸਦੇ ਰਹੋ, ਦੇਖਦੇ ਰਹੋ ਰਹਿਮਤ ਟੀਵੀ। ਧੰਨਵਾਦ।